ਅੱਜ ਮੈਂ ਆਪਣੇ ਫੇਸਬੁੱਕ ਦੇ ਦੋਸਤਾਂ ਨਾਲ ਮੁਲਾਕਾਤ ਕਰਾਉਣ ਜਾ ਰਿਹਾ ਹਾਂ। ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਮੇਵਾ ਸਿੰਘ ਜੀ ਪੰਗੂ, ਜਿਨ੍ਹਾਂ ਨੇ ਬਹੁਤ ਹੀ ਵੱਡਾ ਸਮਾਜ ਸੇਵਾ ਦਾ ਪ੍ਰੋਜੈਕਟ ਲਿਆ ਹੋਇਆ ਹੈ APJ ਜੈਨ ਹਸਪਤਾਲ ਵਿੱਚ। ਆਓ ਤੁਹਾਡੀ ਮੁਲਾਕਾਤ ਕਰਨ ਦੇ ਹੈ ਮੇਵਾ ਸਿੰਘ ਪੰਗੂ ਜੀ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਵਾ ਸਿੰਘ ਪੰਗੂ ਜੀ, ਆਪਾਂ ਅਜੀਤ ਪ੍ਰਸਾਦ ਜੈਨ ਹਸਪਤਾਲ ਵਿੱਚ ਖੜ੍ਹੇ ਹੈ, ਅਤੇ ਇਹ ਤੁਸੀਂ ਜਿਹੜਾ ਪ੍ਰੋਜੈਕਟ ਲਿਆ ਹੈਗਾ ਸੇਵਾ ਦਾ, ਅਜੀਤ ਪ੍ਰਸਾਦ ਜੈਨ ਹੋਸਪਿਟਲ ਦੇ ਸਾਹਮਣੇ ਗੇਟ ਦੇ ਅੰਦਰ ਵੜਦੇ ਹੀ, ਇਹਦੇ ਬਾਰੇ ਸਾਡੇ ਸੁਣਨ ਅਤੇ ਦੇਖਣ ਵਾਲੇ ਨੂੰ ਜਾਣਕਾਰੀ ਦਿਓ ਕਿ ਤੁਸੀਂ ਕੀ ਕੰਮ ਕਰਵਾ ਰਹੇ ਹੋ ਹਸਪਤਾਲ ਵਿੱਚ। ਇੱਥੇ ਅਸੀਂ ਸ਼ੁਰੂ ਕਰਿਆ ਸੀ ਪਾਰਕ ਦਾ ਕੰਮ ਜੀ ਅਤੇ ਪਾਰਕ ਦਾ ਕੰਮ ਸ਼ੁਰੂ ਕਰਕੇ ਇੱਕ ਪਹਿਲੇ ਛੋਟਾ ਪਾਰਕ ਬਣਾਇਆ ਜੀ, ਫਿਰ ਨਾਲ ਜਿੱਥੇ ਗੇਟ ਵੜਦੇ ਆ ਨਾਲ ਹੀ ਉੱਥੇ ਬਹੁਤ ਮਾੜਾ ਭੈੜਾ ਹਾਲ ਸੀਗਾ। ਉਹ ਬਹੁਤ ਵੱਡੇ ਵੱਡੇ ਖੱਡੇ ਬਣੇ ਹੋਏ ਸੀ, ਹਾਂ ਖੱਡੇ ਸੀ, ਪਾਣੀ ਨਾਲ ਭਰੇ ਰਹਿੰਦੇ ਸੀ, ਮੱਛਰਾਂ ਦੀ ਭਰਮਾਰ ਬਹੁਤ ਸੀਗੀ ਜੀ। ਅਤੇ ਉੱਥੇ ਅਸੀਂ ਫਿਰ ਮਿੱਟੀ ਪਵਾਈ ਜੀ, ਮਿੱਟੀ ਪਵਾ ਕੇ ਉਸਨੂੰ ਉੱਚਾ ਕਰਿਆ ਅਤੇ ਫਿਰ ਹੁਣ ਉਹਨੂੰ ਲੇਵਲ ਕਰਕੇ ਘਾਹ ਦਾ ਕੰਮ ਸ਼ੁਰੂ ਕਰਿਆ ਹੋਇਆ ਹੈ ਜੀ। ਉਸ ਤੋਂ ਦੂਜੇ ਪਾਸੇ ਜਿੱਧਰਲੇ ਪਾਸੇ ਟੈਂਕੀ ਹੈ, ਹਾਂਜੀ ਹਾਂਜੀ, ਹਸਪਤਾਲ ਦੀ ਜੀ, ਉੱਧਰਲੇ ਪਾਸੇ ਵੀ ਕਾਫੀ ਏਰੀਆ ਬੜਾ ਖੱਡਿਆਂ ਵਾਲਾ ਸੀਗਾ, ਘਾਹ ਬੜਾ ਸੀ, ਬੁੱਟੀ ਬਹੁਤ ਸੀ ਜੀ, ਉਹ ਸਾਫ ਕਰਕੇ ਉੱਥੇ ਵੀ ਮਿੱਟੀ ਪਵਾ ਕੇ ਉੱਚਾ ਲੇਵਲ ਬਣਾ ਕੇ ਜੀ ਉੱਥੇ ਵੀ ਘਾਹ ਦਾ ਕੰਮ ਸ਼ੁਰੂ ਕਰਿਆ ਹੈ। ਤਕਰੀਬਨ ਇਹ 1 ਏਕੜ ਥਾਂ ਹੈ ਜੀ ਇੱਥੇ ਪਾਰਕ ਬਣਾਉਣ ਜਾ ਰਹੇ ਹਾਂ ਜੀ, ਅਤੇ ਇਹ 'ਚ ਬਹੁਤ ਹੀ ਯੋਗ ਮਿਲਦਾ ਲੋਕਾਂ ਦਾ ਵੀ ਜੀ, 60 ਮੈਂਬਰ ਹੈ ਸੁਸਾਇਟੀ ਦੇ ਜੀ, ਉਹ ਵੀ ਆਪਣਾ ਯੋਗਦਾਨ ਪਾਉਂਦੇ ਨੇ ਜੀ। ਸਾਡੀ ਸਾਲਾਨਾ ਜਿਹੜਾ ਚੰਦਾ ਹੈ 1200 ਰੁਪਈਏ ਹੈ ਜੀ, ਅਤੇ ਜੋ ਬਾਕੀ ਹੋਰ ਵੀ ਸਾਨੂੰ ਕੁਝ ਸੰਸਥਾਵਾਂ ਮਦਦ ਕਰੀ ਜਾਂਦੀਆਂ ਪ੍ਰਾਈਵੇਟ ਤੌਰ 'ਤੇ ਜੀ, ਅਤੇ ਪ੍ਰੋਜੈਕਟ ਸਾਡਾ ਬੜੇ ਡਿਵੈਲਪ ਜ਼ੋਰਾਂ ਨਾਲ ਚੱਲ ਰਿਹਾ, ਵੱਡੇ ਪੱਧਰ 'ਤੇ ਕੋਈ 50 ਟਰਾਲੀਆਂ ਦੇ ਕਰੀਬ ਮਿੱਟੀ ਦੀ ਪਈ ਹੈ। ਅੱਛਾ, 1 ਮਿੰਟ, ਇਹ 50 ਟਰਾਲੀਆਂ ਦੀ ਮਿੱਟੀ ਪਈ ਹੈ, ਇੱਥੇ ਖੱਡੇ ਖੁੱਡੇ ਹੁੰਦੇ ਸੀ, ਅਤੇ ਮੈਂ ਆਪਣੇ ਦੇਖਣ ਵਾਲੇ ਵੀਰਾਂ ਨੂੰ ਵੀ ਦਿਖਾ ਰਿਹਾ, ਅਤੇ ਲੋਕ ਹੁਣ ਇੱਥੇ ਬੈਠ ਕੇ, ਮਰੀਜ਼ ਬੈਠ ਕੇ ਅਤੇ ਆਰਾਮ ਫਰਮਾ ਸਕਦੇ ਨੇ। ਅਤੇ ਇਹ ਜਿਹੜੀ ਗ੍ਰਿਲ ਜਾਲੀ ਲਵਾਈ ਹੈ, ਇਹ ਵੀ ਤੁਸੀਂ ਲਵਾਈ ਹੈ ਸਾਰੀ? ਨਹੀਂ, ਇਹ ਹਸਪਤਾਲ ਵਾਲੇ ਹੈਲਥ ਡਿਪਾਰਟਮੈਂਟ ਨੇ ਲਵਾਈ ਹੈ। ਅੱਛਾ ਅੱਛਾ, ਪ੍ਰੋਜੈਕਟ ਸੀਗਾ। ਅੱਛਾ, ਠੀਕ ਹੈ। ਅਸੀਂ ਤਾਂ ਘਾਹ ਅਤੇ ਪਾਣੀ ਜੀ, ਜੇ ਇੱਥੇ ਖਾਦ ਦੀ ਗਊਸ਼ਾਲਾ ਵਾਲਿਆਂ ਤੋਂ ਜੀ, ਉਹ ਅਸੀਂ ਟਰਾਲੀਆਂ ਲੈ ਕੇ ਜੀ ਪਾਈ ਹੈ, 1100 ਰੁਪਏ ਦੀ ਟਰਾਲੀ ਆਈ ਹੈ ਉੱਥੋਂ ਜੀ, ਹੈ ਜੀ। ਬਾਕੀ ਗੰਡੋਇਆਂ ਵਾਲੀ ਖਾਦ ਜਿਹੜੀ ਕਹਿੰਦੇ ਨੇ ਜੀ, ਉਹ ਵੀ ਅਸੀਂ ਤੁਹਾਨੂੰ ਫ੍ਰੀ ਮਿਲ ਗਈ, ਸਰਦਾਰ ਕਰਤਾਰ ਸਿੰਘ ਜਿਹੜੇ ਐਕਮੀ ਇੰਡਸਟਰੀ ਦੇ ਮਾਲਕ ਨੇ ਉਹ ਜੀ, ਉਹਨਾਂ ਦੇ ਫਾਰਮ ਤੋਂ ਗੁੱਡ, ਅਤੇ ਉਹ ਐਕਮੀ ਇੰਡਸਟਰੀ ਅੰਬਰ ਕੁਛ ਇਸ ਤਰ੍ਹਾਂ ਕਰਕੇ ਨਾਂ ਉਹਨਾਂ ਦਾ ਜੀ, ਐਕਮੀ ਇੰਡਸਟਰੀ ਪੁਰਾਣਾ ਨਾਂ ਉਹਨਾਂ ਦਾ, ਉਹ ਵੀ ਬੜੇ ਵੱਡੇ ਪੱਧਰ 'ਤੇ ਸਾਡੀ ਮਦਦ ਕਰ ਰਹੇ ਨੇ, ਸਰਦਾਰ ਕਰਤਾਰ ਸਿੰਘ ਹੋਰੀ ਜੀ, ਇੱਕ ਦਿਆਲੂ ਇਨਸਾਨ ਨੇ ਜੀ, ਹੈ ਜੀ। ਇਸ ਕਰਕੇ ਬਹੁਤ ਸੰਸਥਾਵਾਂ ਸਾਡੀ ਮਦਦ ਕਰ ਰਹੀਆਂ ਹੁਣ, ਇਹ ਤਕਰੀਬਨ ਜੋ ਅਸੀਂ ਐਸਟੀਮੇਟ ਬਣਾਇਆ ਇੱਥੇ ਜੀ, ਇੱਕ ਜਿਹੜੀ ਐਮਰਜੈਂਸੀ ਦੇ ਪਿੱਛੇ ਥਾਂ ਹੈ ਖਾਲੀ ਜੀ, ਉੱਥੇ ਵੀ ਪਾਰਕ ਬਣਾਉਣ ਦੇ, ਇਹ ਸਾਡਾ 15 ਲੱਖ ਰੁਪਏ ਦਾ ਐਸਟੀਮੇਟ ਬਣਿਆ। 15 ਲੱਖ ਰੁਪਇਆ ਤੁਸੀਂ ਖਰਚ ਕਿੰਨੀ ਕਰ ਚੁੱਕੇ ਹੋ ਇੱਥੇ? ਇੱਥੇ ਅਸੀਂ ਕਰ ਚੁੱਕੇ ਇਸ ਟਾਈਮ ਕੋਈ 2.5 ਲੱਖ ਰੁਪਏ ਦੇ ਕਰੀਬ ਖਰਚ ਕਰ ਚੁੱਕੇ। ਬਹੁਤ ਵੱਡੀ ਮਹਾਨਤਾ ਵਾਲੀ ਗੱਲ ਹੈ। ਕਹਿੰਦੇ ਨੇ ਟਾਈਮ ਇਜ਼ ਪ੍ਰੀਸ਼ੀਅਸ ਦੈਨ ਮਨੀ, ਟਾਈਮ ਦੇਣਾ ਤੁਸੀਂ ਬਹੁਤ ਹੀ ਵੱਡਾ, ਮਤਲਬ ਕਿ ਨਾ ਪੈਸੇ ਲੋਕਾਂ ਨੂੰ ਦੇ ਕੇ ਪਾਸੇ ਹੋ ਜਾਂਦੇ ਨੇ, ਪਰ ਇਹ ਟਾਈਮ ਦਾ ਦਾਨ ਦੇਣਾ ਨਾ ਇਹ ਬਹੁਤ ਵੱਡਾ ਕੀਮਤੀ ਯੱਗ ਦੇ ਬਰਾਬਰ ਹੈ, ਬਹੁਤ ਵੱਡਾ ਯੋਗਦਾਨ ਹੈ। ਬਿਲਕੁਲ, ਤੁਸੀਂ ਦਰੁਸਤ ਗੱਲ ਕਰੀ ਹੈ।
ਜਿਹੜਾ ਟਾਈਮ ਹੈ ਕੱਢਣਾ ਜਾਂ ਕੋਈ ਸੇਵਾ ਮਿਲਣੀ ਹੈ ਜੀ, ਇਹ ਉਸ ਪਰਮਾਤਮਾ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤੀ ਹੈ। ਅਦਰਵਾਈਜ਼ ਤਾਂ ਨਹੀਂ ਕਰ ਸਕਦਾ ਬੰਦਾ, ਆਪਣੇ ਮੰਜੀ ਤਾਂ ਨਹੀਂ ਉੱਠਦਾ ਜੇ ਉਹਦਾ ਹੁਕਮ ਨਾ ਹੋਵੇ। ਇਹ ਪਰਮਾਤਮਾ ਦਾ ਹੀ ਹੁਕਮ ਹੈ ਵੀ ਸਾਡੇ ਨੂੰ ਸ਼ਕਤੀ ਦੇਈ ਜਾਂਦਾ, ਸਾਡੇ 'ਚ ਭਾਵਨਾ ਪੈਦਾ ਕਰੀ ਜਾਂਦਾ, ਇਹ ਉੱਥੇ ਦਾ ਆਸ਼ੀਰਵਾਦ। ਤੁਸੀਂ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਹੋ, ਅਤੇ ਹੋਰ ਦੱਸੋ ਵੀ ਇਸ ਇਹ ਜਿਹੜਾ ਪ੍ਰੋਜੈਕਟ ਨੂੰ ਬਾਕੀ ਕੀ ਰਹਿ ਗਿਆ ਹੋਣ ਵਾਲਾ? ਬਾਕੀ ਇੱਥੇ ਸਾਡਾ ਹੁਣ ਜਿਹੜਾ ਮੇਨ ਹੈ ਵੀ ਇੱਕ ਟਿਊਬਵੈਲ ਲਾਉਣਾ ਅਸੀਂ। ਅੱਛਾ, ਵੱਡਾ ਟਿਊਬਵੈਲ ਇੱਥੇ ਸਮਰਸੀਬਲ, ਛੋਟੇ ਟਿਊਬਵੈਲ ਹੈ, ਟੈਂਕੀ ਇਹਨਾਂ ਟੈਂਕੀ ਦਾ ਬੋਲ ਇਹਨਾਂ ਖਰਾਬ ਹੈ ਜੀ, ਟੈਂਕੀ ਦਾ ਨਹੀਂ ਪਾਣੀ ਮਿਲਦਾ ਛੋਟੇ, ਅਤੇ ਉਸ ਨਾਲ ਸਾਡੇ ਪਾਰਕ ਦਾ ਗੁਜ਼ਾਰਾ ਨਹੀਂ ਹੋਣਾ ਜੀ, ਕਿਉਂ ਸਮਰਸੀ ਜਿਹੜੇ ਸਮਰਸੀਬਲ ਛੋਟੇ ਲੱਗੇ ਇਹਨਾਂ ਦੇ, ਉਹਨਾਂ ਨਾਲ ਮੇਰੇ ਹਾਲ ਫੁਆਰੇ ਨਹੀਂ ਚੱਲ ਸਕਦੇ। ਇੱਕ ਤਾਂ ਅਸੀਂ ਫੁਆਰਾ ਸਿਸਟਮ ਬਣਾਉਣਾ, ਜਿੱਦਾਂ ਭਗਤ ਸਿੰਘ ਕਲੋਨੀ ਦੀ ਡਿਵੈਲਪ ਕਰਕੇ ਆਏ ਹੈ ਜੀ ਜੀ, ਉੱਥੇ ਫੁਆਰਾ ਸਿਸਟਮ ਹੈ ਜਿਹੜੀ ਉੱਚੀ ਨੀਵੀਂ ਥਾਂ ਉੱਤੇ ਸਭ ਕਵਰ ਹੋ ਜਾਂਦੀ ਹੈ, ਫੁਆਰੇ ਸਿਸਟਮ ਵੇਸਟੇਜ ਬਹੁਤ ਘੱਟ ਹੈ ਪਾਣੀ ਜੀ ਜੀ ਜੀ, ਅਤੇ ਇਸ ਕਰਕੇ ਉਹ ਜਿਹੜਾ ਪ੍ਰੈਸ਼ਰ ਨਾਲ ਚੱਲਦਾ ਜੀ, ਸਮਰਸੀਬਲ ਨਾਲ ਪ੍ਰੈਸ਼ਰ ਨਹੀਂ ਬਣਦਾ ਜੀ, ਅਤੇ ਜਿਹੜੇ ਇਹਨਾਂ ਦੇ ਸਮਰਸੀਬਲ ਹੈ ਇਹਨਾਂ ਦਾ ਆਪਣਾ ਵੀ ਹਸਪਤਾਲ ਦਾ ਸਾਰਾ ਖਰਚਾ ਕਾਫੀ ਹੈ। ਹਾਂਜੀ ਹਾਂਜੀ, ਸਾਡੇ ਵਾਲੇ ਪਾਸੇ ਅਸੀਂ ਰਾਤ ਨੂੰ ਭਰਦੇ ਹਾਂ ਇੱਥੇ ਜੀ, ਜਿਹੜਾ ਘਾਹ ਨੂੰ ਪਾਣੀ ਲਾਉਣਾ, ਬੂਟਿਆਂ ਨੂੰ ਪਾਣੀ ਲਾਉਣਾ, ਸਾਨੂੰ ਰਾਤੋਂ ਲਾਉਣਾ ਪੈਂਦਾ ਜੀ ਜੀ, ਤਾਂ ਇਹਨਾਂ ਦਾ ਆਪਣਾ ਖਰਚਾ ਹੁੰਦਾ ਜੀ ਜੀ ਜੀ। ਇਸ ਕਰਕੇ ਅਸੀਂ ਵੱਡਾ ਟਿਊਬਵੈਲ ਲਵਾਉਣ ਦੀ ਸੋਚ ਰਹੇ ਹਾਂ, ਪਰਮਾਤਮਾ ਜਾਗੇਗਾ ਕੋਈ ਨਾ ਕੋਈ, ਕੋਈ ਨਾ ਕੋਈ ਜਾਗੇਗਾ ਕੋਈ ਨਾ ਕੋਈ, ਹਾਂ ਬਹੁਤ ਕਰਨ ਵਾਲੇ ਹਾਂ ਜੀ। ਬਾਕੀ ਡੀਵੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਿ ਹਮੇਸ਼ਾ ਸਾਡੀ ਪਿੱਠ 'ਤੇ, ਚਾਹੇ ਅਸੀਂ ਕਿਤੇ ਸਕੂਲ 'ਚ ਜਾਈਏ ਚਾਹੇ ਕਿਤੇ ਹਸਪਤਾਲ ਜਾਈਏ, ਡੀਵੀ ਨਿਊਜ਼ ਹਮੇਸ਼ਾ ਸਾਡੇ ਨਾਲ ਜੁੜਿਆ ਹੋਇਆ ਹੈ, ਅਸੀਂ ਬਹੁਤ ਬਹੁਤ ਧੰਨਵਾਦ ਕਰ ਮੇਵਾ ਸਿੰਘ ਪੰਗੂ ਜੀ। ਇਹ ਤਾਂ ਸਭ ਪਰਮਾਤਮਾ ਦੀਆਂ ਵਡਾਈਆਂ ਨੇ, ਉਹੀ ਕਰੇ ਕਰਾਵੇ ਆਪੇ ਆਪ ਕਰਵਾ ਰਿਹਾ ਹੈ, ਅਤੇ ਆਪਾਂ ਜਿਹੜੇ ਤੁਸੀਂ ਇਹ ਚੱਕਿਆ ਹੈਗਾ ਸਮਾਜ ਵਿੱਚ ਚੰਗੇ ਚੰਗੇ ਕੰਮ ਕਰਨ ਦਾ ਬੀੜਾ, ਤਾਂ ਉਹਨਾਂ ਦਾ ਆਸ਼ੀਰਵਾਦ ਵੀ ਮਿਲਦਾ ਪਰਮਾਤਮਾ ਦਾ, ਇਸ ਤਰ੍ਹਾਂ ਦੀ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ ਇਹੋ ਜਿਹੇ ਕੰਮ ਕਰਨ ਨਾਲ। ਅਤੇ ਮੇਵਾ ਸਿੰਘ ਜੀ ਇਹ ਦੱਸੋ ਵੀ ਇਹ ਹਰ ਹਸਪਤਾਲ ਦੇ ਬਾ ਗੇਟ ਦੇ ਨਾਲ ਜਿਹੜੀ ਬਿਲਡਿੰਗ ਬਣੀ ਹੋਈ ਹੈ, ਇਹ ਕਿਸ ਵਾਸਤੇ ਬਣੀ ਹੋਈ ਹੈ? ਦਵਾਈਆਂ ਜੀ, ਇੱਥੇ ਦਵਾਈਆਂ ਜਿਹੜੀ ਮੁਫਤ ਮੁਫਤ ਦਵਾਈਆਂ ਮਿਲਦੀਆਂ ਵੀ ਹੈ ਦਵਾਈਆਂ, ਕਿ ਐਵੇਂ ਹੀ ਮਿਲੀਆਂ ਕੁਛ ਹੁਣ ਕੁਛ ਮੈਂ ਮਿਲਿਆ ਸੀਗਾ ਡਾਕਟਰ ਨੂੰ, ਹਾਂ ਵੀ ਉਹ ਕਹਿੰਦੇ ਛਾਟ ਹੈ ਦਵਾਈਆਂ ਦੀ, ਹਾਂਜੀ ਹਾਂ ਦਵਾਈਆਂ ਆ ਨਹੀਂ ਰਹੀਆਂ, ਤੋ ਇਹ ਵੀ ਆਪਾਂ ਆਵਾਜ਼ ਚੁੱਕਣੀ ਹੈ ਬਈ ਲੋਕਾਂ ਨੂੰ। ਬਿਲਕੁਲ ਸਾਡੀ ਦਾ ਰਿਕੁਐਸਟ ਹੈ, ਹਾਂ ਹੈਲਥ ਡਿਪਾਰਟਮੈਂਟ ਨੂੰ ਵੀ, ਸਰਕਾਰ ਨੂੰ ਵੀ, ਇਹ ਬੜਾ ਵੱਡਾ ਵੱਡਾ ਕਦਮ ਹੈ ਸਰਕਾਰ ਦਾ, ਜਿਹੜੇ ਦਵਾਈਆਂ ਬੜੀ ਮਹਿੰਗੀਆਂ ਉਹ ਸਸਤੀਆਂ ਮੁਫਤ ਮੁਫਤ ਮਿਲਦੀਆਂ ਮਿਲਣੀਆਂ ਚਾਹੀਦੀਆਂ ਦਵਾਈਆਂ ਦੇ। ਵੈਸੇ ਤਾਂ ਇਹ ਹੋਰ ਸਿਹਤ ਸਹੂਲਤਾਂ ਨਾ ਹੋਣ ਜੀ ਜੀ, ਇਨਸਾਨ ਨੂੰ ਐਜੂਕੇਸ਼ਨ ਤੇ ਮੈਡੀਕਲ ਸਕੂਲ ਹੈਲਥ ਕੇਅਰ ਸੀ ਇਹ ਮੈਂ ਫਰਾਂਸ ਲਾ ਗਿਆ 10 ਸਾਲ, ਉੱਥੇ ਵੀ ਮੈਂ ਮੈਡੀਕਲ ਫਰੀ ਸੀ ਮੇਰਾ, ਅਤੇ ਐਜੂਕੇਸ਼ਨ ਮੈਂ ਦੇਖਦਾ ਸੀ ਬੱਚਿਆਂ ਨੂੰ ਮੁਫਤ ਪੜ੍ਹਾਈ, ਬਹੁਤ ਮਨ ਖੁਸ਼ ਹੁੰਦਾ ਸੀ। ਇਸ ਤਰ੍ਹਾਂ ਦੀ ਚੇਂਜਿਸ ਆਉਣੀ ਚਾਹੀਦੀ ਹੈ ਪੰਜਾਬ ਵਿੱਚ, ਤਾਂ ਕਿ ਬਦਲਾਅ ਆਏਗਾ, ਹਾਂ ਦੋ ਚੀਜ਼ਾਂ ਫਰੀ ਕਰ ਦੇਣ ਜੀ, ਸੁਖੀ ਵਸੇਗਾ ਸੰਸਾਰ ਫਿਰ ਹੈ ਸਾਰਾ, ਜੇ ਪੰਜਾਬ ਸੁਖੀ ਹੈ ਸਾਰਾ ਸੰਸਾਰ ਸੁਖੀ ਹੈ, ਕਿਉਂਕਿ ਆਪਣੇ ਪੰਜਾਬੀ ਲੋਕ ਬਹੁਤ ਹੰਭਲੇ ਮਾਰਦੇ ਹੈ, ਬਾਰੇ ਆਲ ਵਰਲਡ 'ਚ ਪਹੁੰਚੇ ਹੋਏ ਹੈ ਪੰਜਾਬੀ ਲੋਕ, ਅਤੇ ਬੜੀ ਮਾਣ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਅਤੇ ਮੈਂ ਇਹ ਜਿਹੜੀ ਸੇਵਾ ਦਾ ਬੀੜਾ ਚੱਕਿਆ ਤੁਸੀਂ ਹਸਪਤਾਲ ਦੇ ਵਿੱਚ, ਬਹੁਤ ਸਵਰਗ ਬਣਾ ਦਿੱਤਾ ਹੈਗਾ, ਘਾਹ ਵਗੈਰਾ ਲਾ ਕੇ ਮਰੀਜ਼ ਬੈਠੇ ਆ, ਬੱਚੇ, ਹਾਂ ਮਨ ਖੁਸ਼ ਹੋ ਰਿਹਾ ਜੀ, ਖੁਸ਼ ਹੋ ਰਿਹਾ, ਘਾਹ ਦੇ ਥੱਲੇ ਆਰਾਮ ਨਾਲ ਧੁੱਪ ਦਾ ਆਨੰਦ ਮਾਣ ਰਹੇ ਹੈ। ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਸ਼ਕਤੀ ਪ੍ਰਦਾਨ ਕਰੇ, ਅਤੇ ਤੁਸੀਂ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਰਹੋ। ਧਰਮਵੀਰ ਨਾਗਪਾਲ, ਚੀਫ ਐਡੀਟਰ ਡੀਵੀ ਨਿਊਜ਼ ਪੰਜਾਬ, ਤੁਹਾਡਾ ਧੰਨਵਾਦ ਕਰਦਾ ਹੈਗਾ।